जिला तरन तरन दे कस्बा भिखी पिंड दे नवी बनी कलोनी वासी बलजीत कौर पत्नी स्वर्ग हीरा सिंह कौम मजहबी सिख ने दसिया कि वह मजदूरी करती है अते उस दिया तीन धीआं ते एक 15-16 साल का बेटा है। दो धीआं तां उसने ब्याह दित्तियां सन, एक ब्याहुण दे जोग है। उसने दसिया कि उसने अपने बेटे नूं बाल कट्टण दी दुकान ते कम सिखण लई लाया होया सी। 5-6 महीने पहला उसके बेटे अनमोल सिंह नूं अचानक टाइफाइड बुखार हो गया अते छाती विच दर्द रहन लग पिया। उसने पहला प्राइवेट डॉक्टर नूं बुखाया पर कोई फर्क नहीं पिया। आखिर जदों टेस्ट करवाया तो डॉक्टर ने दसिया कि इसकी टीवी होने करके एक गुर्दा फेल हो गया है। उसने दसिया कि उसने अपने पुत नूं बचाउण लई अपना घर भी गहने पाया होया है अते 26-27 हज़ार कर्जा भी चुकया होया है, पर हाले भी मेरा पुत ठीक नहीं हो रहा। उसने कहा कि वह अपने पुत नूं हस्पताल तो ता वापस लै आई पर उस कोल इलाज करवाउण लई पैसे नहीं हन। इस मौके कलोनी वासी सुखदेव सिंह, राजा सिंह, सरबजीत सिंह, दानी वीरां नूं अपील कीती है कि इस विधवा बीबी दे बच्चे दा इलाज करवाया जावे। इस लोड़वंद परिवार की किसी भी तरह की मदद करने लई फोन नंबर 98-143-76-412 98-143-76-412 ते संपर्क किया जा सकता है, जां फिर पंजाब नैशनल ब्रांच भिखी पिंड अकाउंट नंबर ते इन्हां नूं मदद दित्ती जा सकती है। भिखी पिंड तों दलवीर उदो के दी LBS न्यूज़ लई खास रिपोर्ट। ਭੈਣ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਭਾਜੀ ਬਲਜੀਤ ਕੌਰ। ਕਿਹੜਾ ਪਿੰਡ ਹੈ ਜੀ? ਮੇਰਾ ਪਿੰਡ ਆ ਭਿੱਖੀ ਪਿੰਡ ਚੇਲਾ ਕਰਨ ਆਉਂਦੇ। ਅੱਛਾ, ਕਿਆ ਤੁਹਾਡਾ ਇੱਕ ਬੇਟਾ ਜਿਹੜਾ ਮੰਜੇ ਤੇ ਪਿਆ, ਕੀ ਗੱਲ ਹੋਈ ਇਹਨਾਂ ਨੂੰ? ਇਹ ਭਾਜੀ 5 ਮਹੀਨੇ ਪਹਿਲਾਂ ਇਹਨੂੰ ਟਾਈਫਾਇਡ ਬੁਖਾਰ ਚੜਦਾ ਸੀ। ਟਾਈਫਾਇਡ ਬੁਖਾਰ ਚੜਦਾ, ਮੇਰੀਆਂ 3 ਧੀਆਂ, ਇਕੱਲਾ ਇਕੱਲਾ ਕਾਕਾ ਹੈ। ਟਾਈਫਾਇਡ ਤੋਂ ਬੁਖਾਰ ਤੋਂ ਹੀ ਇਹਦਾ ਕੰਮ ਵਧਦਾ ਵਧਦਾ ਜਿਹੜਾ ਇਹ ਵੱਧ ਗਿਆ। ਆਹ 5ਵਾਂ ਮਹੀਨਾ ਲੱਗਾ ਹੈ। 2 ਮਹੀਨੇ ਹੋ ਗਏ ਮੈਨੂੰ, ਮੈਂ ਪੈਰੀ ਜੁੱਤੀ ਨਹੀਂ ਪਾਈ। ਖੀਰੀ ਹਾਰ ਕੇ ਡਾਕਟਰ ਬੜੇ ਬਦਲੇ ਆ, 7-8 ਡਾਕਟਰ ਬਦਲੇ। ਆਰਜ਼ੀ ਤੌਰ 'ਤੇ ਦਵਾਈ ਦਿੰਦੇ ਰਹੇ ਆ, ਜਿੱਥੇ ਵੀ ਆਰਜ਼ੀ ਤੌਰ 'ਤੇ ਨਹੀਂ। ਮੈਂ 10 ਦਿਨ ਖਵਾਈ ਆ, ਕੋਈ 20 ਦਿਨ ਖਵਾਈ, ਮੈਂ ਮਹੀਨਾ ਮਹੀਨਾ ਦਵਾਈ ਖਵਾਈ। ਹੁਣ ਫਿਰ ਘਰੇ ਲਾਇਆ ਜੇ, ਕੀ ਕਾਰਨ ਹੈ? ਇਹਦਾ ਭਾਜੀ ਕਾਰਨ ਇਹ ਆ, ਮੇਰੀ ਗਰੀਬੀ ਆ ਘਰ ਦੀ। ਘਰ ਮੈਂ ਥਾਂ ਤੋਂ ਜਿਹੜਾ ਮੇਰੇ ਕੋਲ ਹੈਗਾ ਹਥਿਆਰ, ਮੈਂ ਵਰਤ ਕੇ ਚੁੱਕ ਕੇ ਪੈਸੇ ਅਤੇ ਮੈਂ ਇਹਦਾ ਇਲਾਜ ਕਰਾ ਬੈਠੀ ਹਾਂ। ਖੀਰੀ ਜਦੋਂ ਮੇਰੇ ਕੋਲ ਮੁੱਕ ਗਏ, ਮੈਂ ਘਰੇ ਲੈ ਆਈ। ਹੁਣ ਕੀ ਮੰਗ ਕਰਦੇ? ਮੰਗ ਭਾਜੀ ਇਹਦੇ ਗੁਰਦਾ ਸੱਜਾ ਗੁਰਦਾ, ਉਹ ਡਾਕਟਰ ਨੇ ਕਿਹਾ ਵੀ ਇਹਦਾ ਫੇਲ ਆ ਅਤੇ ਇਹਦਾ ਗੁਰਦਾ ਜਿਹੜਾ ਬਦਲਿਆ ਜਾਵੇ। ਮੈਂ ਇੰਨੀ ਜੋਗੀ ਨਹੀਂ ਗੀ, ਪਰ ਇਹ ਆ ਵੀ ਹੁਣ ਮੰਗ ਭਾਜੀ ਮੇਰੀ ਇਹ ਆ ਵੀ ਇਸ ਬੱਚੇ ਨੂੰ ਸਹੂਲਤ ਦਿੱਤੀ ਜਾਵੇ, ਇਹਦੀ ਜਿਹੜੀ ਗੁਰਦੇ ਦੀ ਆ, ਗੁਰਦਾ ਠੀਕ ਹੋ ਜਾਵੇ। ਜੇ ਨਾ ਠੀਕ ਹੋਇਆ ਤਾਂ ਮੇਰਾ ਸਹਾਰਾ ਨਹੀਂ ਕੋਈ ਵੀ ਹੈਗਾ, ਹੈਗਾ ਵੀ ਨਹੀਂ ਕੋਈ ਸਹਾਰਾ ਮੇਰਾ। ਪਤੀ ਨੂੰ ਕੀ ਗੱਲ ਹੋਈ ਸੀ? ਪਤੀ ਨਾ ਭਾਜੀ 10-12 ਸਾਲ ਹੋ ਗਿਆ, ਉਹ ਇਸ ਤਰ੍ਹਾਂ ਕੰਮ ਕਰਦਾ ਸੀ ਪਾਸੇ, ਉੱਥੇ ਉਹਨੂੰ ਅਟੈਕ ਹੋ ਗਿਆ। ਅੱਜ ਤਾਂ 10-12 ਸਾਲ ਹੋ ਗਿਆ। ਹੁਣ ਘਰ ਵੀ ਗਹਿਣੇ ਪਾ ਲਿਆ ਬੱਚੇ ਦੇ? ਘਰ ਗਹਿਣੇ ਪਾ ਕੇ ਪੈਸੇ ਚੁੱਕ ਕੇ ਹਸਪਤਾਲ ਦੇਤੇ ਆ, ਰਾਣੇ ਦਾ ਹਸਪਤਾਲ ਆ ਜਿੱਥੇ ਮੈਂ ਦੇਤੇ ਆ, ਖਾਲੜੇ ਆ। ਤੇ ਹਾਰ ਕੇ ਫਿਰ ਘਰੇ ਲੈ ਆਏ? ਘਰੇ ਲੈ ਆਈ ਆ, ਜਿੰਨੇ ਮੇਰੇ ਕੋਲ ਹੈਗੇ ਮੈਂ ਲਾਤੇ ਆ। ਠੀਕ, ਸੁਖਦੇਵ ਸਿੰਘ। ਅੱਛਾ ਜੀ, ਅੱਜ ਨਾ ਤੁਹਾਡੇ ਇੱਕ ਕਲੋਨੀ ਹੈ ਭਿੱਖੀਵਿੰਡ, ਉੱਥੇ ਆਏ ਹਾਂ ਅਤੇ ਇੱਕ ਪਰਿਵਾਰ ਦਾ ਪਤਾ ਲੱਗਾ ਹੈ, ਬੱਚਾ ਹੈ ਉਹਨਾਂ ਦਾ ਅਤੇ ਜਿਹਨੂੰ ਸ਼ਾਇਦ ਗੁਰਦਾ ਕਹਿੰਦੇ ਆ ਖਰਾਬ ਹੋ ਗਿਆ, ਅਤੇ ਕੀ ਮਾਮਲਾ ਹੈ ਤੁਹਾਡੇ ਗਵਾਂਢ ਹੈ ਜੀ? ਉਹ ਵਿਚਾਰਿਆਂ ਦਾ ਮੰਦਾ ਹੀ ਹਾਲ ਆ ਜੀ, ਥਾਂ ਥੂੰ ਵੀ ਗਹਿਣੇ ਪਾਲੀ ਆ ਅਤੇ ਬੱਚਾ ਵਿਚਾਰਾ ਮੰਦਾ ਹਾਲ ਆ ਉਹਦਾ, ਅਤੇ ਚੱਲ ਉਹਦਾ ਗੁਰਦਾ ਜਿਹੜਾ ਆਉਂਦੇ ਵੀ ਡਾਕਟਰ ਨੇ ਦੱਸਿਆ ਇਹਦਾ ਬਦਲਿਆ ਜਾਵੇ, ਵਿਚਾਰੀ ਗਰੀਬਣੀ ਆ ਅਤੇ ਪੱਲੇ ਕੱਖ ਨਹੀਂ ਗਾ, ਥਾਂ ਥੂੰ ਇਹਨਾਂ ਗਹਿਣੇ ਪਾਲੀ ਆ, ਵਿਚਾਰੀ ਕਿੱਧਰ ਜਾਊਗੀ ਬੱਚੇ ਨੂੰ ਛੱਡ। ਮੈਂ ਤੁਹਾਡਾ ਭਾਈ, ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਮੇਰਾ ਨਾਮ ਰਾਜਾ ਹੈ, ਅਸੀਂ ਚੇਲਾ ਮੋੜ ਪੰਚਾਇਤ ਵਾਲੀ ਕਰਨੌਲੀ 'ਚ ਰਹਿੰਦੇ ਹਾਂ। ਭਾਅ ਜੀ ਸਾਡੇ ਲਾਗੇ ਹੀ ਆ ਵੀਰ, ਇਹ ਮਾਤਾ ਜੀ ਆ ਇਕੱਲੇ ਦੇ, ਇਹਨਾਂ ਦੇ ਸਿਰ 'ਤੇ ਹੀ ਮਤਲਬ ਘਰ ਆ, ਘਰ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ। ਇਹ ਇਲਾਜ ਖੁਣੋ ਇਹਨਾਂ ਦੇ ਮਤਲਬ ਘਰ ਵੀ ਗਿਰਵੀ ਰੱਖਿਆ ਹੋਇਆ, ਅਤੇ ਇਲਾਜ ਖੁਣੋ ਡਾਕਟਰਾਂ ਨੇ ਕਿਹਾ ਪੈਸੇ ਮੰਗਦੇ ਆ ਜੀ, ਹੁਣ ਇੰਨੇ ਪੈਸੇ ਕਿੱਥੋਂ ਆਉਣ ਗਰੀਬ ਘਰ, ਅਤੇ ਇਲਾਜ ਖੁਣੋ ਘਰ ਲੈ ਆਉਂਦਾ ਜੀ। ਕੀ ਹੋਇਆ, ਕੀ ਆ ਬੱਚੇ ਨੂੰ? ਭਾਅ ਜੀ ਇਹਦੇ ਇੱਕ ਗੁਰਦਾ ਖਰਾਬ ਹੋ ਗਿਆ, ਦੂਸਰਾ TBA ਨਾਲ, ਅਤੇ ਕਿਸੇ ਧਾਰਮਿਕ ਸੰਸਥਾ ਨੂੰ ਮਿਲੇ ਜਾਂ ਦੱਸਿਆ ਕਿਸੇ ਨੂੰ?
ਭਾਜੀ ਹਲੇ ਤੀਕ ਨਹੀਂ ਕਿਤੇ ਮਤਲਬ ਮਿਲੇ ਕਿਸੇ ਨੂੰ ਅਤੇ ਹੁਣ ਰਿਕੁਐਸਟ ਕਰਦੇ ਹਾਂ ਬੇਨਤੀ ਕਰਦੇ ਹਾਂ ਵੀ ਇਹਦਾ ਸਹਾਇਤਾ ਕੀਤੀ ਜਾਵੇ ਚਲੋ ਕੋਈ ਸਰਦਾ ਬੰਦਾ ਜਿੰਨਾ ਵੀ ਇਹਦਾ ਇਲਾਜ ਹੋ ਸਕੇ ਕਿ ਠੀਕ ਹੋ ਕੇ ਆਪਦੇ ਘਰ ਆ ਸਕੇ ਕਿਉਂਕਿ ਮਾਤਾ ਬਹੁਤ ਵਿਚਾਰੀ ਵੀ ਪਰੇਸ਼ਾਨ ਹੈ ਇਸ ਗੱਲੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਜੀ ਭਾਈ ਵੀ ਰਿਪੋਰਟਾਂ ਦੀਆਂ ਵੇਚ ਸਕਦੇ ਜੋ ਹਾਂਜੀ